ਜਦੋਂ ਦਾ ਵੈਸ਼ਵਿਕ ਮਹਾਮਾਰੀ ਦੇ ਚਲਦੇ ਸੂਬੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ ਉਦੋਂ ਦੀਆਂ ਹੀ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅੱਗੇ ਆ ਰਹੀਆਂ ਨੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਵਿੱਚ ਲੱਗੀਆਂ ਹੋਈਆਂ ਨੇ ਇਸ ਮੁਸੀਬਤ ਦੀ ਕੜੀ ਦੇ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਇਸੇ ਦੇ ਚਲਦੇ ਅੰਮ੍ਰਿਤਸਰ ਵਿਖੇ ਜਲ ਸਪਲਾਈ ਸੈਨੀਟੇਸ਼ਨ ਇੰਪਲੋਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਨਿਆ ਦੀ ਅਗਵਾਈ ਦੇ ਵਿੱਚ ਜਦੋਂ ਦਾ ਲੋਕਡਾਊਨ ਚੱਲ ਰਿਹਾ ਉਸ ਦਿਨ ਤੋਂ ਹੀ ਆਪਣੀ ਯੂਨੀਅਨ ਦੇ ਮੈਂਬਰਾਂ ਦੀ ਮਦਦ ਦੇ ਨਾਲ ਉਹ ਗਰੀਬ ਬੇਸਹਾਰਾ ਪ੍ਰਵਾਸੀ ਅਤੇ ਜ਼ਰੂਰਤਮੰਦ ਲੋਕਾਂ ਦੇ ਵਾਸਤੇ ਲੰਗਰ ਦੀ ਸੇਵਾ ਕਰ ਰਹੇ ਨੇ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਲੰਗਰ ਵਰਤਾਇਆ ਜਾਂਦਾ ਹੈ ਇਸ ਮੌਕੇ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਜੀ ਜੀ ਆਪਣਾ ਨਾਮ ਦੱਸੋ ਮੈਂ ਸੁਖਨੰਦਨ ਮਾਣੀ ਸੂਬਾ ਪ੍ਰਧਾਨ ਜਲ ਸਪਲਾਈ ਸੈਂਟਰ ਮੋਟਰ ਮੁਲਾਜ਼ਮ ਪੰਜਾਬ ਅੱਜ ਜਿਹੜਾ ਅਸੀਂ ਦੇਖ ਰਹੇ ਜੀ ਜਨਤਾ ਨੂੰ ਲੰਗਰ ਵਰਤਾਇਆ ਜਾ ਰਿਹਾ ਇਹ ਨਾ ਜੀ ਅਸੀਂ ਲੰਗਰ ਜਿਹੜਾ ਸੀ ਪਹਿਲਾਂ ਮਾਈ ਸੇਵਾ ਦਾ ਬਾਜ਼ਾਰ ਅਸੀਂ ਇੱਕ ਮਹੀਨੇ ਤੋਂ ਲਗਾਤਾਰ ਉੱਥੇ ਵਰਤਾ ਰਹੇ ਹਾਂ ਪਹਿਲਾਂ ਅਸੀਂ ਜਹਾਜ਼ ਘਰ ਹੋਰ ਵੱਖ ਵੱਖ ਥਾਂ 'ਤੇ ਵਰਤਾਇਆ ਸੀ ਪਰ ਉੱਥੇ ਸਾਨੂੰ ਮੁਸ਼ਕਿਲ ਇਹ ਆਈ ਵੀ ਇਹ ਜਿਹੜੇ ਲੋਕ ਨੇ ਸੋਸ਼ਲ ਡਿਸਟੈਂਸ ਨਹੀਂ ਸੀ ਰੱਖਦੇ ਫਿਰ ਅਸੀਂ ਉਪਰਾਲਾ ਕੀਤਾ ਵੀ ਇਹ ਸਾਡਾ ਦਫ਼ਤਰ ਹੈ ਜਥੇਬੰਦੀ ਦਾ ਮੁੱਖ ਦਫ਼ਤਰ ਹੈ ਪੰਜਾਬ ਦਾ ਸਾਡੇ ਕੋਲ ਇੱਥੇ ਜਗ੍ਹਾ ਵੀ ਹੈਗੀ ਆ ਅਸੀਂ ਫਿਰ ਇਹਨਾਂ ਨੂੰ ਅਸੀਂ ਉਪਰਾਲਾ ਕੀਤਾ ਵੀ ਇੱਥੇ ਲਿਆ ਕੇ ਇਹਨਾਂ ਨੂੰ ਸਿਖਾਇਆ ਜਾਵੇ ਥੋੜ੍ਹਾ ਥੋੜ੍ਹੀ ਵਿੱਥ 'ਤੇ ਬਹਾੜ ਕੇ ਇਹਨਾਂ ਨੂੰ ਸਿਖਾਇਆ ਜਾਵੇ ਤਾਂ ਕਿ ਸੋਸ਼ਲ ਡਿਸਟੈਂਸ ਵੀ ਰਹੇਗਾ ਅਤੇ ਨਾਲ ਇਹ ਵਿਚਾਰੇ ਪ੍ਰਸ਼ਾਦਾ ਵੀ ਛਕ ਲੈਣਗੇ ਫਿਰ ਉਹਦੇ ਉਪਰਾਲੇ ਵਜੋਂ ਅੱਜ ਅਸੀਂ ਇੱਥੇ ਉਪਰਾਲਾ ਕੀਤਾ ਅਸੀਂ ਦੇਖਿਆ ਜੀ ਪ੍ਰਸ਼ਾਦੇ ਤੋਂ ਪਹਿਲਾਂ ਪਾਠ ਕੀਤਾ ਜਾ ਰਿਹਾ ਸੀ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਰਿਹਾ ਸੀ ਦੇਖੋ ਜੀ ਮੈਂ ਜੁੜਿਆ ਹੀ ਬਾਣੀ ਦੇ ਵਿੱਚ ਵਿਸ਼ਵਾਸ ਸੀ ਮੇਰਾ ਬਾਣੀ 'ਚ ਅਵਲਾ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ 'ਤੇ ਸਭ ਜਗ ਜਿਆ ਕੌਣ ਭਲੇ ਕੌਣ ਬੰਦੇ ਇਹ ਗੁਰੂ ਸਾਹਿਬ ਕਹਿ ਗਏ ਨੇ ਇੱਥੇ ਸਾਰੇ ਸੰਸਾਰ ਜਿੰਨੇ ਜੀ ਬੈਠੇ ਨਾ ਜੀ ਮੈਨੂੰ ਸਾਰਿਆਂ 'ਚ ਰੱਬ ਦਿਖ ਰਿਹਾ ਪਤਾ ਨਹੀਂ ਕਿਹਦੇ ਵਿੱਚ ਪਰਮਾਤਮਾ ਬੈਠਾ ਜੀ ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਪਤਾ ਨਹੀਂ ਗੁਰੂ ਸਾਹਿਬ ਕਿਹਦੇ 'ਚ ਵਸੇ ਆ ਇਸ ਕਰਕੇ ਇਹ ਸਾਰੇ ਜਿਹੜੇ ਨੇ ਮੈਨੂੰ ਰੱਬ ਦਾ ਰੂਪ ਹੀ ਦਿਸਦੇ ਨੇ ਇਸ ਕਰਕੇ ਮੈਂ ਪਹਿਲਾਂ ਇਹਨਾਂ ਨੂੰ ਨਾਮ ਜਪਾਉਣਾ ਵੀ ਤੁਸੀਂ ਉਹਨੂੰ ਇੱਕ ਵਾਰ ਯਾਦ ਕਰ ਲਓ ਜਿਹਨੇ ਆਪਣੇ ਉੱਤੇ ਇਹ ਮੁਸ਼ਕਿਲ ਲਿਆਉਂਦੀ ਆ ਤਾਂ ਕਿ ਉਹ ਮੁਸ਼ਕਿਲ ਜਿਹੜੀ ਆ ਉਹਨੇ ਦੂਰ ਕਰਨੀ ਇਸ ਕਰਕੇ ਨਾਮ ਜਪਾਇਆ ਜਾਂਦਾ ਕਿੰਨਾ ਹੋ ਗਿਆ ਪ੍ਰਧਾਨ ਸਾਹਿਬ ਤੁਹਾਨੂੰ ਲੱਗਿਆ ਅਸੀਂ ਲਗਭਗ 23 ਮਾਰਚ ਤੋਂ ਸ਼ੁਰੂ ਕੀਤਾ ਜੀ 23 ਮਾਰਚ ਤੋਂ ਲਗਾਤਾਰ ਪੂਰੇ ਸ਼ਹਿਰ 'ਚ ਪਹਿਲਾਂ ਅਸੀਂ ਸੋਚ ਰਹੇ ਹਾਂ ਫਿਰ ਸੋਸ਼ਲ ਡਿਸਟੈਂਸ ਕਰਕੇ ਅਸੀਂ ਜਰਾ ਇੱਥੇ ਹੁਣ ਪ੍ਰੋਗਰਾਮ ਇਹ ਜਿਹੜੇ ਵਰਤਾ ਰਹੇ ਨੇ ਟੀਮ ਜਲ ਸਪਲਾਈ ਦੀ ਹਾਂਜੀ ਇਹ ਮੇਰੇ ਜਥੇਬੰਦੀ ਦੇ ਵਰਕਰ ਹੈ ਜੀ ਸਾਰੇ ਮੇਰੇ ਜ਼ਿਲ੍ਹੇ ਦਾ ਚੇਅਰਮੈਨ ਹੈ ਜ਼ਿਲ੍ਹੇ ਦੀ ਟੀਮ ਹੈ ਸਾਰੀ ਇਹ ਅਤੇ ਇਹ ਸੂਬੇ ਦਾ ਸਾਡਾ ਦਫ਼ਤਰ ਹੈ ਜੀ ਇਸ ਕਰਕੇ ਇਹ ਇਹਨਾਂ ਦਾ ਯੋਗਦਾਨ ਬੜਾ ਪਿੰਡੋਂ ਪ੍ਰਸ਼ਾਦਾ ਪੱਕਦਾ ਔਰ ਮਾਇਆ ਦਾ ਯੋਗਦਾਨ ਜਿਹੜਾ ਇਹ ਸਾਰੀ ਮੇਰੀ ਜਥੇਬੰਦੀ ਪਾ ਰਹੀ ਜੀ ਪ੍ਰਸ਼ਾਦੇ ਰੋਜ਼ ਬੰਦੇ ਅਸੀਂ 2000 ਪ੍ਰਸ਼ਾਦਾ ਅਤੇ ਕੁਇੰਟਲ ਦੇ ਕਰੀਬ ਸੁੱਕੀ ਸਬਜ਼ੀ ਜਿਹੜੀ ਹੁੰਦੀ ਹੈ ਜੀ ਉਹ ਬਣਾ ਕੇ ਲਿਆਉਂਦੇ ਹਾਂ ਡਰਮਾਂ ਦੇ ਵਿੱਚ ਪਾ ਕੇ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ